ਜਿੰਦਦੇ ਬਾਪੂ ਆ ਦੇਖ ਅਖਬਾਰ ਚ ਆਇਆ ਕੁੜੀ ਐਮਏ ਬੀਐਡ ਹੈ ਤੇ ਸ਼ਹਿਰ ਦੀ ਜੰਮੀ ਪਲੀ ਹੈ। ਫੋਨ ਨੰਬਰ ਵੀ ਦਿੱਤਾ ਉਹਨਾਂ ਨੇ। ਮੈਂ ਤਾਂ ਕਹਿੰਦੀ ਹਾਂ ਗੱਲ ਕਰੋ ਉਹਨਾਂ ਨਾਲ, ਮੈਨੂੰ ਤਾਂ ਜਿੰਦਦੇ ਵਿਆਹ ਦਾ ਬਾਹਲਾ ਹੀ ਚਾਅ ਹੈ। ਉਹ ਰਹਿਣ ਦੇ ਪਰੇ, ਉਹ ਸ਼ਹਿਰ ਦੀ ਜੰਮੀ ਪਲੀ ਹੈ, ਫੈਸ਼ਨ ਫੂਸ਼ਨ ਕਰਦੀ ਹੋ, ਉਹਨੇ ਰੋਟੀ ਆਪਾਂ ਨੂੰ ਕਿੱਥੇ ਦੇਣੀ ਹੈ। ਆਪਾਂ ਨੂੰ ਤਾਂ ਸਿੱਧ ਪੱਧਰੀ ਜੱਟੀ ਚਾਹੀਦੀ ਹੈ, ਪੜੀ ਭਾਵੇਂ ਥੋੜਾ ਜਿਹਾ ਘੱਟ ਹੀ ਹੋਵੇ ਪਰ ਆਪਣੀ ਇੱਜ਼ਤ ਤਾਂ ਕਰੂ। ਇਹ ਗੱਲ ਵੀ ਸਹੀ ਹੈ। ਕਹਿੰਦਾ ਕੁੜੀ ਭਾਵੇਂ ਸਿੰਪਲ ਜੀ ਜੱਟੀ ਹੋਵੇ, ਨਾ ਹੀ ਬਹੁਤਾ ਪਾਣੀ ਨਾ ਹੀ ਫੈਸ਼ਨਾਂ ਦੀ ਪੱਟੀ ਹੋਵੇ। ਉਹ ਬਾਪੂ ਕਹਿੰਦਾ ਕੁੜੀ ਭਾਵੇਂ ਸਿੰਪਲ ਜੀ ਜੱਟੀ ਹੋਵੇ, ਨਾ ਹੀ ਬਹੁਤਾ ਪਾਣੀ ਨਾ ਹੀ ਫੈਸ਼ਨਾਂ ਦੀ ਪੱਟੀ ਹੋਵੇ। ਬੇਬੇ ਮੇਰੀ ਵੀ ਤਾਂ ਹਮੀਹਾਂ ਦੇ ਵਿੱਚ ਭਰ ਗਈ, ਸਰਦਾਰਾਂ ਦੇ ਮੁੰਡੇ ਨੇ ਸਰਦਾਰ ਨੀ ਲਿਆਉਣੀ, ਇਸ ਗੱਲ ਤੇ ਗਰਾਲੀ ਅੜ ਗਈ। ਸਰਦਾਰਾਂ ਦੇ ਮੁੰਡੇ ਨੇ ਸਰਦਾਰ ਨੀ ਲਿਆਉਣੀ, ਇਸ ਗੱਲ ਤੇ ਗਵਾਰੀ ਅੜ ਗਈ। ਤੈਨੂੰ ਕੀ ਹੋ ਗਿਆ, ਕਿੱਥੇ ਗਵਾਚ ਗਿਆ, ਕਿ ਵਿਆਹ ਦੇ ਸੁਪਨੇ ਦੇਖਣ ਲੱਗ ਗਿਆ ਸੀ। ਸਰਦਾਰਾਂ ਦੇ ਮੁੰਡੇ ਨੇ ਸਰਦਾਰ ਨੀ ਲਿਆਉਣੀ, ਇਸ ਗੱਲ ਤੇ ਗਵਾਰੀ ਅੜ ਗਈ ਓਏ।